SYL गाना आउण दे नाल हरियाणे दे लोगों नूं इह लगन लग गया कि शायद सानू इह गल आखी गई है कि तुहानूं असीं तुक्का नहीं दिंदे। ਉਹ ਤੁਹਾਨੂੰ ਕੁਛ ਨਹੀਂ ਕਿਹਾ ਉਹ ਗਾਣੇ ਦੇ ਵਿੱਚ, ਤੁਸੀਂ ਐਵੇਂ ਹੀ ਅੱਧਾ ਹਰਿਆਣਾ ਉਤਾਵਲਾ ਹੋਇਆ ਫਿਰਨ ਡਿਆ, ਗਾਣਾ ਡਿਲੀਟ ਕਰਾਓ, ਗਾਣਾ ਸਹੀ ਨਹੀਂ ਹੈਗਾ, ਸਾਨੂੰ ਤੁਸੀਂ ਕਹਿਣ ਡੇ। ਇੱਦਾਂ ਦਾ ਕੁਛ ਨਹੀਂ ਹੈਗਾ। ਸਿੱਧੂ ਮੂਸੇਵਾਲੇ ਦੀ ਆਵਾਜ਼ ਇੱਕ ਸਟੇਟ ਦੀ ਆਵਾਜ਼ ਮੰਨੋ, ਤੁਸੀਂ ਪੂਰੇ ਪੰਜਾਬ ਦੀ ਆਵਾਜ਼ ਮੰਨੋ, ਅਤੇ ਉਹ ਸਟੇਟ ਦੀ ਆਵਾਜ਼ ਸੈਂਟਰ ਨੂੰ ਇਹ ਗੱਲ ਕਹਿੰਦੀ ਆ ਕਿ ਤੁਸੀਂ ਸਾਡੇ ਵਿੱਚ ਬਹੁਤ ਵੰਡਾਂ ਪਾਈਆਂ, ਸਾਡੇ ਕੋਲੋਂ ਬਹੁਤ ਕੁਛ ਖੋਇਆ ਤੁਸੀਂ। ਪਹਿਲਾਂ ਸਾਡੇ ਕੋਲ ਹਿਮਾਚਲ, ਹਰਿਆਣਾ, ਚੰਡੀਗੜ੍ਹ ਵੀ ਖੋ ਲਿਆ, ਅਤੇ ਹੁਣ ਤੁਸੀਂ ਸਾਡੇ ਕੋਲ ਪਾਣੀ ਵੀ ਖੋਣਾ ਆ। ਜੇ ਤੁਹਾਨੂੰ ਪਾਣੀ ਚਾਹੀਦਾ ਆ, ਉਹ ਸੈਂਟਰ ਨੂੰ ਇਹ ਗੱਲ ਕਹਿਣ ਡਿਆ, ਜੇ ਤੁਹਾਨੂੰ ਪਾਣੀ ਚਾਹੀਦਾ ਆ ਤਾਂ ਇਹ ਸਾਰਾ ਪਿਛੋਕੜ ਸਾਡਾ ਵਾਪਸ ਦੇ ਦਿਓ, ਹਿਮਾਚਲ ਦੇ ਦਿਓ, ਹਰਿਆਣਾ ਦੇ ਦਿਓ, ਚੰਡੀਗੜ੍ਹ ਦੇ ਦਿਓ। ਅਤੇ ਜਦੋਂ ਸਾਰਾ ਪਿਛੋਕੜ ਵਾਪਸ ਆ ਗਿਆ ਅਤੇ ਜਿਹੜੇ ਪੰਜ ਦਰਿਆ ਪੰਜਾਬ ਦੇ ਆ, ਉਹੀ ਓਨਾ ਹੀ ਹੱਕ ਹਿਮਾਚਲ ਦਾ ਹੋਣਾ, ਓਨਾ ਹੀ ਹਰਿਆਣੇ ਦਾ ਹੋਣਾ, ਓਨਾ ਹੀ ਚੰਡੀਗੜ੍ਹ ਦਾ ਹੋਣਾ, ਕਿਉਂਕਿ ਪੂਰੀ ਦੀ ਪੂਰੀ ਇੱਕ ਸਟੇਟ ਬਣੀ ਹੋਣੀ ਹੈ, ਨਾ ਕਿ ਤਿੰਨ ਤਿੰਨ ਸਟੇਟਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਹੋਣਾ ਕੋਈ। ਜਦੋਂ ਤਿੰਨੇ ਇੱਕ ਸਟੇਟ ਬਣ ਗਈ ਤਾਂ ਸਾਰੀ ਦੀਆਂ ਸਾਰੀਆਂ ਚੀਜ਼ਾਂ 'ਤੇ ਹੱਕ ਤਿੰਨਾਂ ਦਾ ਸੇਮ ਹੀ ਹੋਣਾ ਆ, ਭਾਵੇਂ ਉਹ ਪਾਣੀ ਹੋਵੇ, ਲੱਸੀ ਹੋਵੇ, ਦੁੱਧ ਹੋਵੇ, ਸਬਜ਼ੀ ਹੋਵੇ, ਫਰੂਟ ਹੋਵੇ, ਜੋ ਮਰਜ਼ੀ ਹੋਵੇ। ਐਵੇਂ ਨਾ ਕਨਫਿਊਜ਼ ਹੋਵੋ ਗਾਣੇ ਤੋਂ ਕਿ ਉਹਨੇ ਗਾਣਾ ਕੱਢਤਾ ਆ, ਉਹਨੂੰ ਗਾਣਾ ਨਹੀਂ ਕੱਢਣਾ ਚਾਹੀਦਾ, ਘਰਦਿਆਂ ਨੇ ਐਵੇਂ ਗਾਣਾ ਪਾ ਦਿੱਤਾ। ਉਹਨੇ ਤਾਂ 35-40 ਕੁ ਹਰੇ ਪਤਾ ਨਹੀਂ ਕਿੰਨੇ ਕੁ ਹੋਰ ਗਾਣੇ ਰਿਲੀਜ਼ ਕਰਨੇ ਆ, ਜੇ ਉਹਦੇ ਘਰਦਿਆਂ ਨੇ ਰਿਲੀਜ਼ ਕਰਨੇ ਆ, ਇੱਦਾਂ ਤਾਂ ਹਰੇਕ ਗਾਣੇ 'ਤੇ ਵਿਵਾਦ ਹੋ ਜਾਊਗਾ। ਇਹਨੂੰ ਐਵੇਂ ਨਾ ਵਿੱਚ ਹਰਿਆਣੇ ਦਾ ਨਾਂ ਆ ਗਿਆ ਅਤੇ ਤੁਸੀਂ ਕਹਿ ਦਿਓ ਕਿ ਸਾਨੂੰ ਇਹਨੇ ਇਹ ਗੱਲ ਆਖੀ ਆ। ਹੁਣ ਹਰਿਆਣੇ ਦੇ ਲੋਕ ਉਦਾਹਰਣਾਂ ਕੀ ਦੇਣ ਡੇ ਆ, ਕਹਿੰਦੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਸ਼ੁਰੂ ਤੋਂ ਲੈ ਕੇ ਕਹਿੰਦੇ ਅਸੀਂ ਅਖੀਰ ਤੱਕ ਤੁਹਾਡਾ ਸਾਥ ਨਿਭਾਇਆ, ਤੁਹਾਨੂੰ ਉੱਥੇ ਦੁੱਧ, ਡਰਾਈ ਫਰੂਟ, ਫਰੂਟ, ਸਬਜ਼ੀਆਂ ਸਭ ਕੁਝ ਪਹੁੰਚਾਇਆ, ਅਤੇ ਤੁਸੀਂ ਕਹਿੰਦੇ ਹੁਣ ਸਾਡੇ 'ਤੇ ਗਾਣੇ ਬੋਲਣ ਡੇ ਹੋ ਇੱਦਾਂ ਦੇ। ਜੇ ਤੁਸੀਂ ਛੋਟਾ ਭਰਾ ਹੋਣ ਦੇ ਨਾਤੇ ਇਹ ਹੈਲਪ ਕੀਤੀ ਆ, ਤਾਂ ਫਿਰ ਤੁਸੀਂ ਮਿਹਣੇ ਕਿਉਂ ਮਾਰਨ ਡੇ ਹੋ ਹੁਣ ਆ ਕੇ? ਇੱਕ ਸਿਰਫ ਗਾਣੇ ਦੀ ਗੱਲ ਨਹੀਂ ਹੈਗੀ, ਪਾਣੀ ਪੰਜਾਬ ਦਾ ਮੁੱਦਾ ਆ, ਹਰਿਆਣੇ ਦਾ ਮੁੱਦਾ ਨਹੀਂ ਆ। ਹਰਿਆਣਾ ਤਾਂ ਡਿਮਾਂਡ ਕਰ ਰਿਹਾ ਕਿ ਸਾਨੂੰ ਪਾਣੀ ਚਾਹੀਦਾ ਆ, ਮੁੱਦਾ ਤਾਂ ਪੰਜਾਬ ਦਾ ਨਾ ਕਿ ਪੰਜਾਬ ਨੇ ਦੇਣਾ ਜਾਂ ਨਹੀਂ ਦੇਣਾ, ਬਟ ਹਰਿਆਣੇ ਅਤੇ ਪੰਜਾਬ ਦੀ ਕੋਈ ਗੱਲ ਨਹੀਂ, ਗੱਲ ਆ ਸਟੇਟ ਅਤੇ ਸੈਂਟਰ ਦੀ, ਅਤੇ ਉਹਨੇ ਸੈਂਟਰ ਨੂੰ ਇਹ ਗੱਲ ਆਖੀ ਆ। ਦੂਜੀ ਗੱਲ, ਇਹ ਗਾਣਾ ਆਉਣ ਦੇ ਨਾਲ 90% ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਬਲਵਿੰਦਰ ਜਟਾਣਾ ਹੈ ਕੌਣ ਹੀ, ਨਹੀਂ ਤਾਂ ਪਹਿਲਾਂ ਪਤਾ ਹੀ ਨਹੀਂ ਕਿਸੇ ਨੂੰ, ਨਾ ਕਿਸੇ ਨੂੰ ਇਹ ਪਤਾ ਹੈ ਕਿ SYL ਕਦੋਂ ਆਈ, ਕਿੰਨੇ ਸ਼ੁਰੂ ਕਰਾਈ, ਇਹਦਾ ਪਾਣੀ ਕਦੋਂ ਰੋਕਿਆ ਗਿਆ, ਕਿਸੇ ਨੂੰ ਕੁਝ ਨਹੀਂ ਪਤਾ। ਜੇ ਪਤਾ ਵੀ ਹੋਊਗਾ ਤਾਂ ਬਹੁਤ ਥੋੜ੍ਹੇ ਲੋਕਾਂ ਨੂੰ, ਪਰ ਇਹ ਗਾਣਾ ਆਉਣ ਦੇ ਨਾਲ ਘੱਟੋ ਘੱਟ ਪੰਜਾਬ ਦੇ 98% ਲੋਕਾਂ ਦੇ ਵਿੱਚ ਇਹ ਗੱਲ ਪਤਾ ਲੱਗ ਚੁੱਕੀ ਆ ਕਿ SYL ਹੈ ਕੀ ਆ, ਇਹਦਾ ਪਾਣੀ ਕਦੋਂ ਰੋਕਿਆ ਗਿਆ, ਕਿਹਨੇ ਰੋਕਿਆ, ਕੀ ਹੋਇਆ ਉਦੋਂ, ਅਤੇ ਹੁਣ ਪ੍ਰੈਜ਼ੈਂਟ ਦੇ ਵਿੱਚ ਇਹਦੇ ਕੀ ਹਾਲਾਤ ਨੇ। ਐਵੇਂ ਮੇਰਾ ਭਰਾ, ਤੁਸੀਂ ਹਰਿਆਣੇ ਵਾਲੇ ਹੋ, ਉਤਾਵਲੇ ਨਾ ਹੋਵੋ। ਦੂਜੀ ਗੱਲ ਆ, ਹਰਿਆਣੇ ਵਾਲੇ ਉਦਾਹਰਨ ਕੀ ਦੇਣ ਡੇ ਆ, ਕਹਿੰਦੇ ਕਿ ਮੰਨ ਲਓ ਦੋ ਭਰਾ ਆਪੋ 'ਚ ਅਲੱਗ ਹੋ ਗਏ ਆ, ਅਤੇ ਛੋਟੇ ਨੇ ਇਹ ਗੱਲ ਆਖੀ ਆ ਵੀ ਵੱਡਿਆ ਤੇਰੇ ਕੋਲ ਆਹ ਚੀਜ਼ ਹੈਗੀ ਆ, ਇਹਦੇ ਉੱਤੇ ਮੇਰਾ ਵੀ ਹੱਕ ਬਣਦਾ, ਅਤੇ ਮੈਨੂੰ ਦੇ, ਵੀ ਤੇਰੇ ਕੋਲ ਪਾਣੀ ਜ਼ਿਆਦਾ ਆ, ਮੈਂ ਭੁੱਖਾ ਪਿਆਸਾ ਮਰਨ ਡਿਆ, ਮੈਨੂੰ ਪਾਣੀ ਦੇ। ਮੇਰੀ ਗੱਲ ਸੁਣੋ, ਤੁਸੀਂ ਇੰਨੀ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਹਰਿਆਣੇ ਵਾਲਿਓ ਕਿ ਤੁਸੀਂ ਭੁੱਖੇ ਪਿਆਸੇ ਮਰਨ ਡੇ ਹੋ। ਹਰਿਆਣਾ ਐਵੇਂ ਨਹੀਂ 1 ਚੱਲਦਾ ਸਪੋਰਟਸ ਦੇ ਵਿੱਚ, ਤੁਸੀਂ ਕੁਸ਼ਤੀ ਦੇ ਵਿੱਚ ਅੱਗੇ ਹੋ, ਕਬੱਡੀ ਦੇ ਵਿੱਚ ਅੱਗੇ ਹੋ, ਹੋਕੀ ਦੇ ਵਿੱਚ ਅੱਗੇ ਹੋ, ਪਤਾ ਨਹੀਂ ਕਿਹੜੀ ਕਿਹੜੀ ਸਪੋਰਟਸ ਦੇ ਵਿੱਚ ਅੱਗੇ ਹੋ, ਅਤੇ ਜੇ ਕੁਛ ਖਾਂਦੇ ਪੀਂਦੇ ਹੋ ਤੁਹਾਡੇ ਕੋਲ ਸਾਰਾ ਕੁਛ ਹੈਗਾ, ਫਿਰ ਹੀ ਅੱਗੇ ਹੋ ਨਾ, 1 ਫਿਰ ਹੀ ਹੈਗੇ ਹੋ, ਬੋਕਸਿੰਗ ਦੇ ਵਿੱਚ 1 ਪੰਜਾਬ ਦੇ ਵਿੱਚ, ਅਤੇ ਮੇਰੇ ਖਿਆਲ ਬੋਕਸਿੰਗ ਦੇ ਵਿੱਚ ਪੰਜਾਬ ਬਹੁਤ ਪਿੱਛੇ ਚੱਲਦਾ। ਬਾਕੀ ਤੁਸੀਂ ਸਾਡੇ ਭਰਾ ਜੇ ਤਾਂ ਭਰਾ ਹੀ ਰਹਿਣਾ ਆ, ਪਾਣੀ ਦਾ ਮੁੱਦਾ ਜਾਂ ਕਿ ਹੋਰ ਚੀਜ਼ ਦਾ ਮੁੱਦਾ, ਇਹ ਸੈਂਟਰ ਅਤੇ ਸਟੇਟ ਦਾ ਮੁੱਦਾ ਆ, ਇਹਦੇ ਵਿੱਚ ਅਸੀਂ ਆਪੋ 'ਚ ਨਾ ਬੈਸੀਏ ਕਿ ਨਹੀਂ ਜੀ ਇਹਦਾ ਗਾਣਾ ਡਿਲੀਟ ਕਰਾਓ, ਇੱਦਾਂ ਨਾ ਕਰੀਏ ਕੁਛ ਵੀ। ਤੁਸੀਂ ਭਰਾ ਜੇ ਸਾਡੇ ਭਰਾ ਹੀ ਰਹੋਗੇ,